ਜਿੱਥੇ ਤੱਕ ਪੰਜਾਬ ਦਾ ਸਵਾਲ ਹੈ ਸਾਥੀਓ, ਮੈਂ ਧੰਨਵਾਦੀ ਹਾਂ ਪੰਜਾਬ ਦੀ ਜਨਤਾ ਦਾ ਕਿ ਉਹਨਾਂ ਨੇ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਚਾਹੇ ਛੁੱਟਪੁੱਟ ਘਟਨਾਵਾਂ ਸਾਡੇ ਬੀਜੇਪੀ ਦੇ ਉਮੀਦਵਾਰਾਂ ਦੇ ਖਿਲਾਫ ਵਿੱਚ ਬੜਾ ਸੋਚੀ ਸਮਝੀ ਸਾਜਿਸ਼ ਦੇ ਤਹਿਤ ਮਾਹੌਲ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਓਵਰਆਲ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਵੋਟਾਂ ਭੁਗਤੀਆਂ। ਮੈਂ ਪੰਜਾਬ ਦੀ ਜਨਤਾ ਦਾ ਆਭਾਰੀ ਹਾਂ ਤੇ ਉਹਨਾਂ ਦੇ ਦਿੱਤੇ ਹੋਏ ਫਤਵੇ ਦਾ ਮੈਂ ਸਵੀਕਾਰ ਕਰਦਾ ਤੇ ਉਹਨਾਂ ਅੰਮ੍ਰਿਤਸਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਆਪਣਾ ਫਤਵਾ ਜਿਹੜਾ ਦਿੱਤਾ ਹੈ। ਇਹਦੇ ਬਾਅਦ ਇਹਦੇ ਵਿਚ ਜਿਹੜੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ, ਮੈਂ ਜਿੱਥੇ ਆਭਾਰੀ ਹਾਂ ਪੰਜਾਬ ਦੀ ਜਨਤਾ ਦਾ ਵੋਟਰ ਦਾ, ਉੱਥੇ ਹੀ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੁੰਗਾ ਤੇ ਧੰਨਵਾਦ ਕਰਨਾ ਚਾਹੁੰਗਾ ਬੀਜੇਪੀ ਦੇ ਵਰਕਰ ਦਾ। ਸਾਡੇ ਬੀਜੇਪੀ ਦੇ ਕਾਰਜਕਰਤਾਵਾਂ ਨੇ ਜਿਸ ਤਰ੍ਹਾਂ ਜੋਸ਼ ਤੇ ਹੌਸਲੇ ਦੇ ਨਾਲ ਇੱਕ ਮੁਹਿੰਮ ਦੇ ਤੌਰ ਤੇ ਪੰਜਾਬ ਦੇ ਕੋਨੇ ਕੋਨੇ ਤੇ ਜਾ ਕੇ, ਜਿਹੜੀ ਬੀਜੇਪੀ ਪੰਜਾਬ ਦੇ ਅੰਦਰ ਸਿਰਫ 3 ਪਾਰਲੀਮਾਨੀ ਹਲਕਾ ਤਾਂ ਸੀਮਤ ਸੀ, 13 ਹਲਕਿਆਂ ਦੇ ਵਿਚ ਜਿਸ ਤਰ੍ਹਾਂ ਇਸ ਛੋਟੇ ਜਿਹੇ ਸਮੇਂ ਦੇ ਦੌਰਾਨ ਜਦੋਂ ਤੋਂ ਫੈਸਲਾ ਹੋਇਆ ਵੀ ਬੀਜੇਪੀ ਇਕੱਲੀ ਇਲੈਕਸ਼ਨ ਲੜੂਗੀ, ਜਿਸ ਤਰ੍ਹਾਂ ਉਹਨਾਂ ਨੇ ਫੈਲ ਕੇ ਬੀਜੇਪੀ ਦਾ ਸੁਨੇਹਾ ਘਰ ਘਰ ਪਿੰਡ ਪਿੰਡ ਲਾਇਆ, ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਤੇ ਉਹਨਾਂ ਨੂੰ ਮੈਂ ਆਭਾਰ ਵੀ ਵਿਅਕਤ ਕਰਦਾ ਵੀ ਬਹੁਤ ਹੀ ਹੌਸਲੇ ਦੇ ਨਾਲ ਉਹਨਾਂ ਨੇ ਕੰਮ ਕਰਕੇ ਤੇ ਖਾਸ ਤੌਰ ਤੇ ਪੇਂਡੂ ਇਲਾਕੇ ਦੇ ਵਿਚ ਜਿੱਥੇ ਇੱਕ ਗਵਰਨਰ ਜਿਹਾ ਖੜਾ ਕੀਤਾ ਗਿਆ ਸੀ, ਉਹਦੇ ਬਾਵਜੂਦ ਉਹਨਾਂ ਨੇ ਜਾ ਕੇ ਨਾ ਸਿਰਫ ਬੀਜੇਪੀ ਦਾ ਸੁਨੇਹਾ ਲਾਇਆ ਬਲਕਿ ਇੱਕ ਬਹੁਤ ਹੀ ਪੋਜ਼ਿਟਿਵ ਤਰੀਕੇ ਦੇ ਨਾਲ ਜਿੱਥੇ ਸਾਡੀ 7% ਵੋਟ ਸੀਗੀ 2022 ਦੇ ਇਲੈਕਸ਼ਨਾਂ ਦੇ ਅੰਦਰ, ਉਹ ਅੱਜ ਵੋਟ ਪਰਸੈਂਟ ਵੱਧ ਕੇ 19% ਦੇ ਕਰੀਬਨ ਪਹੁੰਚੀ ਹੋਈ ਹੈ, ਜਿਹਦਾ ਸਾਰੇ ਦਾ ਸਾਰਾ ਸਿਹਰਾ ਮੈਂ ਬੀਜੇਪੀ ਦੇ ਕਾਰਜਕਰਤਾ ਤੇ ਬੀਜੇਪੀ ਦੇ ਸਾਡੇ ਪੁਰਾਣੇ ਜਿਹੜੇ ਸੀਨੀਅਰ ਆਗੂ ਹੈ, ਜਿਹੜੇ ਸਾਡੇ ਸੰਗਠਨ ਮੰਤਰੀ ਹੈ, ਸਾਡੀ ਲੀਡਰਸ਼ਿਪ ਸੈਂਟਰ ਤੋਂ ਜਿਨ੍ਹਾਂ ਨੇ ਆ ਕੇ ਇੱਥੇ ਸਾਰਿਆਂ ਨੂੰ ਸੰਗਠਨ ਨੂੰ ਮਜ਼ਬੂਤ ਕੀਤਾ, ਡਾਇਰੈਕਸ਼ਨ ਦਿੱਤੀਆਂ, ਮੈਂ ਸਾਰਿਆਂ ਦਾ ਉਹਨਾਂ ਦਾ ਆਭਾਰੀ ਹਾਂ। ਜਿੱਥੇ ਤਾਈਂ ਅਸਲ ਜਿਹੜਾ ਹੈਗਾ ਟੇਸਟ ਆਫ ਦਾ ਪੁਡਿੰਗ ਲਾਈਜ਼ ਇਨ ਇਟਸ ਈਟਿੰਗ, ਉਹ ਹੈ ਵੀ ਸਾਨੂੰ ਸੀਟਾਂ ਕਿੰਨੀਆਂ ਆਈਆਂ, ਉਹਦੀ ਜ਼ਿੰਮੇਵਾਰੀ ਮੈਂ ਐਜ਼ ਏ ਬੀਜੇਪੀ ਦੇ ਪ੍ਰਧਾਨ ਮੇਰੀ ਆਪਣੀ ਸਮਝਦਾ। That I have not been able to translate that strength, that increase in vote percentage into seats. ਮੈਂ ਇਸ ਕਰਕੇ ਆਪਣੀ ਜ਼ਿੰਮੇਵਾਰੀ ਸਮਝਦਾ ਕਿ ਮੇਰਾ ਫਰਜ਼ ਬਣਦਾ ਸੀਗਾ ਜਿਹੜਾ ਇੱਕ ਭ੍ਰਾਂਤੀ ਫੈਲਾਈ ਗਈ ਪੰਜਾਬ ਦੇ ਅੰਦਰ, ਉਸ ਭ੍ਰਾਂਤੀ ਨੂੰ ਮੈਂ ਤੋੜ ਨਹੀਂ ਸਕਿਆ ਕਿ ਬੀਜੇਪੀ ਜਿਹੜੀ ਹੈ ਕਿਸਾਨਾਂ ਦੇ ਖਿਲਾਫ਼ ਹੈ, ਜਿਹੜੀ ਹੈ ਪੰਜਾਬੀਆਂ ਦੇ ਖਿਲਾਫ਼ ਹੈ, ਜਿਹੜੀ ਭ੍ਰਾਂਤੀ ਪੁਰਾਣੇ ਸਾਡੇ ਲੋਕਾਂ ਨੇ ਇੱਥੇ ਫੈਲਾ ਰੱਖੀ ਸੀ ਪੰਜਾਬ ਦੇ ਅੰਦਰ। ਅਸੀਂ ਬਹੁਤ ਕੋਸ਼ਿਸ਼ ਕੀਤੀ, ਅਸੀਂ ਉਹ ਸਾਰੀ ਗੱਲਾਂ ਜੋ ਕਿਸਾਨਾਂ ਵਾਸਤੇ ਬੀਜੇਪੀ ਨੇ ਕੀਤਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਵੀ ਤਕਰੀਬਨ 15 ਲੱਖ ਕਿਸਾਨ ਜਿਹੜੇ 6,000 ਰੁਪਏ ਸਾਲਾਨਾ ਤੋਂ ਵਾਂਝੇ ਕੀਤੇ ਗਏ ਹੈ, ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ, MSP ਦੀ ਗੱਲ ਕੀਤੀ ਗਈ, ਪਰੰਤੂ ਇਹਦੇ ਨਾਲ ਕਿਤੇ ਮੇਰੇ ਉਹਦੇ ਵਿਚ ਕਮਜ਼ੋਰੀ ਦੇ ਚਲਦੇ ਹੋਏ ਉਹ ਮੈਸੇਜ ਸਾਰੇ ਥਾਂ ਅਸੀਂ ਪਹੁੰਚਾ ਨਹੀਂ ਸਕੇ। ਦੂਜੀ ਗੱਲ, ਦੂਜੀ ਭ੍ਰਾਂਤੀ ਜਿਹੜੀ ਸੀਗੀ ਉਹਦੇ ਵਿਚ ਬਤੌਰ ਬੀਜੇਪੀ ਦੇ ਪ੍ਰਧਾਨ ਨੇ ਮੇਰੀ ਪ੍ਰਾਇਮਰੀ ਜ਼ਿੰਮੇਵਾਰੀ ਜਿਹੜੀ ਬਣਦੀ ਸੀਗੀ ਉਹ ਜ਼ਿੰਮੇਵਾਰੀ ਸੀਗੀ ਇੱਕ ਜਿਹੜੀ ਭ੍ਰਾਂਤੀ ਪੰਜਾਬ ਦੇ ਅੰਦਰ ਫੈਲਾਈ ਗਈ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਅੱਡ ਅੱਡ ਇਲੈਕਸ਼ਨ ਲੜ ਰਹੀ ਹੈ, ਉਹ ਝੂਠ ਤੋਂ ਭਰੇ ਸਰਾਸਰ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਇੱਕ ਬਵੰਡਰ ਖੜਾ ਕੀਤਾ ਗਿਆ ਜਿਹਦੇ ਵਿਚ ਦੋਨੋਂ ਪਾਰਟੀਆਂ ਕਾਮਯਾਬ ਰਹੀਆਂ। ਪਰ ਬਾਵਜੂਦ ਇਹਦੇ ਮੈਂ ਲੋਕਾਂ ਦਾ ਫੈਸਲਾ ਹੈ, ਚਾਹੇ ਇਹਨਾਂ ਦੋਨਾਂ ਪਾਰਟੀਆਂ ਨੇ ਜੋ ਕੰਡੇ ਵਰਤੇ ਪਰ ਲੋਕਾਂ ਨੇ ਫਤਵਾ ਦਿੱਤਾ ਤੇ ਉਸ ਫਤਵੇ ਨੂੰ ਮੈਂ ਸਵੀਕਾਰ ਕਰਨਾ, ਪਰ ਮੈਂ ਉੱਥੇ ਆਹ ਵੀ ਮੰਨਦਾ ਕਿ ਆਹ ਜਿਹੜਾ ਵੋਟ ਹੈ
ਆ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਪਿਆ। ਇਟ ਇਜ਼ ਐਗਜੈਕਟਲੀ ਅ ਰੈਪਲੀਕੇਸ਼ਨ, ਇਟ ਹੈਜ਼ ਬੀਨ ਰਿਪੀਟਿਡ ਅਗੇਨ, ਜਿਹੜਾ 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੇ ਖਿਲਾਫ ਵੋਟ ਪਾਇਆ ਸੀਗਾ, ਨਾ ਕਿ ਆਮ ਆਦਮੀ ਨੂੰ ਪਾਇਆ ਸੀਗਾ। ਉਹ ਜਿਹੜਾ ਵੋਟ ਪਿਆ ਸੀਗਾ ਉਹ ਕਾਂਗਰਸ ਤੇ ਅਕਾਲੀ ਪਾਰਟੀ ਦੇ ਖਿਲਾਫ ਪਿਆ ਸੀਗਾ ਤੇ ਆਮ ਨੂੰ ਗਿਆ ਸੀਗਾ। ਐਤਕੀ ਜਿਹੜਾ ਵੋਟ ਆ ਹੁਣ ਪਿਆ ਉਹ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਪਿਆ ਤੇ ਉਹਦੇ ਰਿਜ਼ਲਟ ਤੁਹਾਡੇ ਸਾਹਮਣੇ ਹੈ। ਜਿਹੜਾ ਵੋਟ ਸ਼ੇਅਰ ਹੈ ਕਾਂਗਰਸ ਦਾ ਵੋਟ ਸ਼ੇਅਰ ਦੇਖੋ ਸਿਰਫ 3% ਵਧਿਆ। ਇਹ ਅੰਕੜੇ ਬਾਅਦ ਚ ਬੈਠ ਕੇ ਖੁਲਾਸੇ ਨਾਲ ਕਰਾਂਗੇ, ਪਰ ਅੱਜ ਮੈਂ ਕਹਿਣਾ ਚਾਹੁੰਦਾ ਵੀ ਇਹ ਲੋਕ ਜਿਹੜੇ ਆਪਣੀ ਬਗਲਾ ਮਾਰ ਰਹੇ ਹੈ, ਆਹ ਵੋਟ ਕਾਂਗਰਸ ਪਾਰਟੀ ਨੂੰ ਨਹੀਂ, ਆਹ ਵੋਟ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਪਾਇਆ ਤੇ ਉਹ ਜਿਹੜਾ ਆਹ ਵੋਟ ਸ਼ਿਫਟ ਹੋਇਆ ਕਿਤੇ 42% ਤੋਂ ਘੱਟ ਕੇ ਹੈ, ਜਿਹੜੇ 26% ਤੇ ਆਏ ਹੈ ਉਹ ਕਰੀਬਨ 16% ਵੋਟ ਜਿਹੜਾ ਘਟਿਆ ਉਹ ਮੈਂ ਸਮਝਦਾ ਡਾਇਰੈਕਟ ਟ੍ਰਾਂਸਫਰ ਲੋਕਾਂ ਨੇ ਬੀਜੇਪੀ ਦੇ ਕਾਰਜਕਰਤਾਵਾਂ ਦੀ ਹਿੰਮਤ ਦੇ ਉੱਤੇ ਜੋਰ ਕਰਦੇ ਉਹਦੇ ਵਿਚ ਬੀਜੇਪੀ ਦਾ ਸ਼ੇਅਰ ਵਧਿਆ। ਤੇ ਇਹਨੂੰ ਦੇਖਦੇ ਹੋਏ ਅੱਜ ਜਿਹੜੀਆਂ ਮੇਨ ਗੱਲਾਂ ਉੱਠ ਕੇ ਸਾਹਮਣੇ ਆਈਆਂ ਸਾਥੀਓ, ਆਹ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਸਾਡੀ ਕਮਜ਼ੋਰੀ ਕਰਕੇ, ਹੋ ਸਕਦਾ ਦੁਨੀਆਂ ਦੀ ਕਮਜ਼ੋਰੀ ਕਰਕੇ ਅਸੀਂ ਕੋਈ ਸੀਟ ਨਹੀਂ ਜਿੱਤ ਸਕੇ, ਬਟ ਨੰਬਰ ਆਫ ਸੀਟ ਜਿੱਥੇ ਅਸੀਂ ਇੱਕ ਬੜੇ ਹੌਸਲੇ ਨਾਲ ਜਿਹੜੀ ਕਰੀਬਨ 3 ਸੀਟਾਂ ਦੇ ਉੱਤੇ 2 ਨੰਬਰ ਤੇ ਆਏ ਆ, 5 ਸੀਟਾਂ ਦੇ ਉੱਤੇ ਕਰੀਬਨ 3 ਨੰਬਰ ਤੇ ਆਏ ਆ, ਵੋਟ ਪਰਸੈਂਟੇਜ ਸਾਡਾ ਵਧਿਆ। ਮੈਂ ਇਸ ਚ ਕੋਈ ਬਹਾਦਰੀ ਨਹੀਂ ਮੰਨਦਾ ਵੀ ਸਾਡਾ ਵੋਟ ਪਰਸੈਂਟੇਜ ਅਕਾਲੀਆਂ ਤੋਂ ਅੱਗੇ ਨਿਕਲ ਗਿਆ। ਸਾਡਾ ਮਕਸਦ ਉਹਨਾਂ ਨੂੰ ਨੀਵਾਂ ਦਿਖਾਉਣਾ ਨਹੀਂ ਸੀਗਾ, ਸਾਡਾ ਮਕਸਦ ਸੀਗਾ ਪੰਜਾਬ ਦੇ ਵਿਚ ਬੀਜੇਪੀ ਨੂੰ ਇਕ ਵਾਇਬਲ ਆਲਟਰਨੇਟਿਵ, ਇਕ ਲੋਕਾਂ ਨੂੰ ਇਕ ਦੂਜਾ ਮੌਕਾ ਦੇ ਸਕੀਏ ਕਿਤੇ ਉਹ ਜਾ ਕੇ ਆਪਣਾ ਘੱਟ ਸਕਣ। ਉਹਦੇ ਵਿਚ ਜ਼ਰੂਰ ਸੁਨੀਲ ਜਾਖੜ ਕਮਜ਼ੋਰ ਰਿਹਾ ਕਿ ਅਸੀਂ ਲੋਕਾਂ ਨੂੰ ਬੀਜੇਪੀ ਇਕ ਵਾਇਬਲ ਆਲਟਰਨੇਟਿਵ ਦੇ ਤੌਰ ਤੇ ਨਹੀਂ ਪੇਸ਼ ਕਰ ਸਕੇ ਜਿੰਨਾ ਸਮਾਂ ਮਿਲਿਆ, ਪਰ ਸਾਡੀ ਹੁਣ ਅੱਗੇ ਇਸ ਗੱਲ ਦੀ ਕੋਸ਼ਿਸ਼ ਰਹੂਗੀ। ਇਸ ਬੜੋਤਰੀ ਨੂੰ ਅਸੀਂ 19% ਦੇ ਉੱਤੇ ਅਸੀਂ ਬ੍ਰੇਕ ਨਹੀਂ ਲਾਣੇ। ਅਸੀਂ ਲੋਕਾਂ ਦੇ ਸਭ ਤੋਂ ਪਹਿਲਾਂ ਤਾਂ ਸਤਿਕਾਰ ਕਰਦੇ ਹਾਂ ਉਹਨਾਂ ਦੇ, ਜੋ ਵੀ ਉਹਨਾਂ ਨੇ ਫੈਸਲਾ ਦਿੱਤਾ ਸਿਰ ਮੱਥੇ ਸਾਡੇ, ਜਿਹੜਾ ਉਹਨਾਂ ਨੇ ਚਾਹੇ ਕਾਂਗਰਸ ਨੂੰ ਵੋਟਾਂ ਪਾਈਆਂ ਚਾਹੇ ਉਹਨਾਂ ਦੀ ਭਾਈਵਾਲ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, ਦੈਟ ਇਜ਼ ਉਹਨਾਂ ਦੇ ਫੈਸਲਾ ਹੈ। ਪਰ ਅਸੀਂ ਪੰਜਾਬ ਨੂੰ ਇਹਨਾਂ ਦੋਨਾਂ ਦੇ ਭਰੋਸੇ ਨਹੀਂ ਛੱਡ ਸਕਦੇ ਸਰ। ਅੱਜ ਵੀ ਮੈਂ ਫੇਰ ਇਹਦਾ ਹੋਰ ਅੱਜ ਗਰੰਟੀ ਦੇਊਗੀ ਆ ਗੱਲ ਵੀ ਆ ਇੱਕੋ ਸਿੱਕੇ ਦੇ 2 ਪਹਿਲੂ ਹੈ, ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ। ਇਹਨਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਜੋ ਅੱਜ ਪੰਜਾਬ ਦੇ ਅੰਦਰ ਜਿਸ ਕਿਸਮ ਦੀਆਂ ਵੱਖਵਾਦੀ ਤਾਕਤਾਂ ਨੂੰ ਮੌਕਾ ਮਿਲਿਆ ਇੱਥੇ ਸਿਰ ਕੱਢਣ ਦਾ, ਉਹਦੇ ਵਾਸਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨੋਂ ਬਰਾਬਰ ਦੀ ਜ਼ਿੰਮੇਵਾਰ ਹੈ। ਤੇ ਉਸ ਹਾਲਾਤ ਦੇ ਵਿਚ ਮੈਂ ਸਮਝਦਾ ਕਿ ਬੀਜੇਪੀ ਦੀ ਜ਼ਿੰਮੇਵਾਰੀ ਇੱਕ ਨੈਸ਼ਨਲ ਪਾਰਟੀ ਹੋਣ ਦੇ ਨਾਤੇ, ਤੀਜੀ ਵਾਰੀ ਸਰਕਾਰ ਬਣਾਉਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਵੀ ਪੰਜਾਬ ਦੇ ਹਿੱਤਾਂ ਦੇ ਉੱਤੇ ਤੇ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਉੱਤੇ ਪਹਿਰਾ ਦੇਣ ਵਾਸਤੇ, ਉਹਨਾਂ ਦੇ ਹੱਕਾਂ ਵਾਸਤੇ ਲੜਾਈ ਲੜਨ ਵਾਸਤੇ ਬੀਜੇਪੀ ਦੀ ਜ਼ਿੰਮੇਵਾਰੀ ਇਹਦੇ ਬਾਅਦ ਹੋਰ ਵੀ ਵਧੀ ਹੈ। ਉਹਦੇ ਵਾਸਤੇ ਵੀ ਮੈਂ ਲੋਕਾਂ ਦਾ ਧੰਨਵਾਦ ਕਰਦਾ।